ਸਤਿਗੁਰ ਦੋਸਤੋ ਅੱਜ ਤੁਹਾਨੂੰ ਅਸੀਂ ਕਪੂਰਥਲੇ ਤੋਂ ਗੋਇੰਦਵਾਲ ਸਾਹਿਬ ਦਾ ਰਸਤਾ ਵੀ ਦਿਖਾਵਾਂਗੇ ਤੇ ਗੋਇੰਦਵਾਲ ਸਾਹਿਬ ਗੁਰਦੁਆਰੇ ਦੇ ਦਰਸ਼ਨ ਵੀ ਕਰਾਵਾਂਗੇ ਸ਼੍ਰੀ ਗੁਰੂ ਅਮਰਦਾਸ ਜੀ ਜਿੱਥੋਂ ਗਾਗਰ ਭਰ ਕੇ ਆਪਣੇ ਗੁਰੂ ਸਾਹਿਬ ਦੀ ਸੇਵਾ ਕਰਦੇ ਸਨ ਪੁੱਠੇ ਪੈਰੀ ਜਾਂਦੇ ਸਨ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਕੱਲ ਸਾਰਿਆਂ ਨੂੰ ਫੋਨ ਕੀਤਾ ਸੀ ਕਿ ਆਪਣੇ ਆਪਣੇ ਮੈਸੇਜ ਭੇਜੋ ਕੋਈ ਕਰੋਨਾ ਬਾਰੇ ਸਵਾਲ ਪੁੱਛੋ ਕਿ ਕਰੋਨਾ ਨੂੰ ਕਿੱਦਾਂ ਕੰਟਰੋਲ ਕੀਤਾ ਜਾਂਦਾ ਤੇ ਸਵਾਲ ਆਏ ਹੋਣੇ ਤੁਹਾਡੇ ਕੋਲ ਦੇਖੋ ਭਲਾ ਦੇਖੋ ਜੀ ਸਭ ਤੋਂ ਪਹਿਲਾਂ ਦਾ ਸਵਾਲ ਇਹੀ ਆਇਆ ਕਿ ਸਰਕਾਰ ਜਿਹੜੀ ਕਹਿੰਦੀ ਆ ਕਿ ਆਪਾਂ ਕਰੋਨਾ ਜਿਹੜਾ ਅਲੱਗ ਅਲੱਗ ਜਗ੍ਹਾ 'ਤੇ ਜਿੱਦਾਂ ਹੁਣ ਅੱਧੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਇਹਦਾ ਮਤਲਬ ਅੱਧੀਆਂ ਦੁਕਾਨਾਂ 'ਚ ਕਰੋਨਾ ਨਹੀਂ ਜਾਏਗਾ ਮੈਂ ਕੱਲ੍ਹ ਵੀਡੀਓ ਵੀ ਇੱਕ ਦੇਖ ਰਿਹਾ ਸੀ ਵੀਡੀਓ ਵਿੱਚ ਕਹਿੰਦੇ ਆ ਕਿ ਕਿਸ ਤਰ੍ਹਾਂ ਦੇ ਨੇ ਜੀ ਸਾਡੇ ਚੀਫ ਮਿਨਿਸਟਰ ਸਾਹਿਬ ਕਿੱਦਾਂ ਦੀਆਂ ਗੱਲਾਂ ਕਰਦੇ ਸਿਆਣੇ ਨਹੀਂ ਹੈ ਦੇਖੋ ਜੀ ਲੀਡਰ ਲੋਕ ਕਿਸੇ ਨੂੰ ਚੰਗੇ ਲੱਗਦੇ ਕਿਸੇ ਨੂੰ ਨਹੀਂ ਚੰਗੇ ਲੱਗਦੇ ਪਰ ਸਾਨੂੰ ਇੱਕ ਬੰਦੇ ਨੂੰ ਮੰਨ ਕੇ ਚੱਲਣਾ ਪਏਗਾ ਇੱਕ ਬੰਦੇ ਨੂੰ ਲੈ ਕੇ ਚੱਲਣਾ ਪਏਗਾ ਜੋ ਕਹੇ ਆਪਾਂ ਦੇ ਮਗਰ ਚੱਲੀਏ ਲੀਡਰ ਲੋਕਾਂ ਦੇ ਕੋਲ ਸਲਾਹਕਾਰ ਹੁੰਦੇ ਬੜੇ ਬੜੇ ਇੰਟੈਲੀਜੈਂਟ ਬੰਦੇ ਹੁੰਦੇ ਤੁਸੀਂ ਇਹ ਨਾ ਸੋਚੋ ਕਦੀ ਕਿਸੇ ਲੀਡਰ ਨੇ ਆਪਣੇ ਕੋਲ ਕਿਹਾ ਤੈਨੂੰ ਪਤਾ ਹੀ ਕੁਝ ਨਹੀਂ ਭਾਈ ਸਾਹਿਬ ਇੱਕ ਮੈਨੂੰ ਗੱਲ ਦੱਸੋ ਕਿ ਤੁਸੀਂ ਕਹਿੰਦੇ ਹੋ ਅੱਧੀਆਂ ਮਤਲਬ ਅੱਧੀਆਂ ਦੁਕਾਨਾਂ ਬੰਦ ਕਰਨ ਨਾਲ ਕਰੋਨਾ ਕੰਟਰੋਲ ਇਹੀ ਹੈ ਨਾ ਸਵਾਲ ਭਾਅ ਜੀ ਅੱਧੀਆਂ ਦੁਕਾਨਾਂ ਘਰ ਬੰਦ ਕਰਨ ਨਾਲ ਕਰੋਨਾ ਖਤਮ ਨਹੀਂ ਜੇ ਹੋਣਾ ਦੇਖੋ ਅੱਧੀਆਂ ਦੁਕਾਨਾਂ ਬੰਦ ਕਰਾਂਗੇ ਗਾਹਕ ਵੀ ਅੱਧੇ ਰਹਿ ਜਾਣਗੇ ਅਤੇ ਉਸ ਬਾਜ਼ਾਰ ਦੇ ਵਿੱਚ ਅੱਧੇ ਬੰਦੇ ਆਉਣਗੇ ਸੋਸ਼ਲ ਡਿਸਟੈਂਸਿੰਗ ਰੱਖਣੀ ਔਖੀ ਹੋ ਜਾਂਦੀ ਹੈ ਜੇ ਸਾਰੀਆਂ ਦੁਕਾਨਾਂ ਖੁੱਲੀਆਂ ਹੋਣ ਲੋਕ ਕੋਲੋਂ ਕੋਲੋਂ ਧੱਕੇ ਮੋਢੇ ਲਾ ਕੇ ਜਦੋਂ ਚੱਲਦੇ ਹੋਣਗੇ ਤਾਂ ਕਰੋਨਾ ਫੈਲੇਗਾ ਨਹੀਂ ਅਤੇ ਜੇ ਅਸੀਂ ਅੱਧੀਆਂ ਦੁਕਾਨਾਂ ਬੰਦ ਕਰ ਲਾਂਗੇ ਆਸ ਪਾਸੇ ਵਾਲੀਆਂ ਜਾਂ ਈਵਨ ਉਹ ਦੁਕਾਨਾਂ ਬੰਦ ਕਰਾਂਗੇ ਅੱਧੇ ਲੋਕ ਰਹਿ ਜਾਣਗੇ ਅੱਧੇ ਗਾਹਕ ਰਹਿ ਜਾਣਗੇ ਅਤੇ ਅੱਧੇ ਹੀ ਚਲੋ ਅੱਧੇ ਗਾਹਕ ਨਹੀਂ ਰਹਿਣਾ 60% ਗਾਹਕ ਰਹਿ ਜਾਣਗੇ ਅਤੇ ਜਿਹੜੇ ਦੁਕਾਨਦਾਰ ਅੱਧੇ ਰਹਿ ਜਾਣਗੇ ਅਤੇ ਸੋਸ਼ਲ ਡਿਸਟੈਂਸਿੰਗ ਹੋ ਜਾਏਗੀ ਕਰੋਨਾ ਖਤਮ ਨਹੀਂ ਹੋਏਗਾ ਜੇ ਅੱਜ ਜਲੰਧਰ ਦੇ ਵਿੱਚ 300 ਕੇਸ ਆਇਆ ਹੋ ਸਕਦਾ ਕੱਲ੍ਹ 200 ਕੇਸ ਆ ਜਾਏ ਕੰਟਰੋਲ ਕੀਤਾ ਜਾਏਗਾ ਕੰਟਰੋਲ ਕਰਨ ਦਾ ਫਾਇਦਾ ਹੋਏਗਾ ਜਦੋਂ ਬਹੁਤ ਜ਼ਿਆਦਾ ਕਰੋਨਾ ਵੱਧ ਗਿਆ ਭਾਅ ਜੀ ਹਸਪਤਾਲਾਂ ਦੇ ਵਿੱਚ ਸਾਨੂੰ ਵੈਂਟੀਲੇਟਰ ਨਹੀਂ ਲੱਭਣੇ ਉਹਦੇ ਕਰਕੇ ਕਰ ਰਿਹਾ ਆਪਾਂ ਕਿੱਥੇ ਪਹੁੰਚੇ ਜੀ ਆਪਾਂ ਜੀ ਇੱਥੋਂ ਹੁਣ ਹਾਲੇ ਤਾਂ ਰਸਤਾ ਹੀ ਹੈ ਜੀ ਅੱਜ ਕੱਲ੍ਹ ਸੜਕ ਇਸ ਤਰ੍ਹਾਂ ਦੀ ਬਣ ਗਈ ਹੈ ਪਤਾ ਨਹੀਂ ਲੱਗਦਾ ਮੇਰੇ ਖਿਆਲ ਉੱਚਾ ਪਿੰਡ ਦੇ ਕੋਲੋਂ ਆਪਾਂ ਲੰਘ ਰਹੇ ਹਾਂ ਅਤੇ ਸਵਾਲ ਇਹ ਹੈਗਾ ਕਿ ਸੈਚਰਡੇ ਸੰਡੇ ਪਹਿਲਾਂ ਕਰ ਦਿੰਦੇ ਸੀ ਕਿ ਕਰਫਿਊ ਅਤੇ 5 ਦਿਨ ਖੁੱਲ੍ਹਾ ਇਹ ਮੁਕੇਸ਼ ਨੇ ਭੇਜਿਆ ਜੀ ਅੱਛਾ ਜੀ ਮੁਕੇਸ਼ ਨੇ ਆਪਣਾ ਡੱਬ ਵਾਲੀ ਅੱਛਾ ਕਿ ਬੰਦ ਕਰ ਦਿੰਦੇ ਸੀਗੇ ਅਤੇ ਉਹ ਜਿਹੜੇ ਆ ਕੀ ਗੱਲ ਬਾਕੀ 5 ਦਿਨ ਕਰੋਨਾ ਨਹੀਂ ਫੈਲਦਾ ਸੈਚਰਡੇ ਸੰਡੇ ਕਰੋਨੇ ਨੂੰ ਪਤਾ ਲੱਗ ਜਾਂਦਾ ਕਿ ਲੈ ਵੀ ਮੈਂ ਮਤਲਬ ਹੁਣ ਮੈਂ ਚੱਲਾਂ ਜਾਂ ਮੈਂ ਚੱਲ ਜਾਣਾ ਜਾ ਕੇ ਪਿੱਛੇ ਜਿੱਦਾਂ ਵੀ ਤੁਸੀਂ ਸਮਝ ਗਏ ਹੋਣੇ ਮੁਕੇਸ਼ ਜੀ ਗੱਲ ਤਾਂ ਕੀ ਕਿ ਸੈਚਰਡੇ ਸੰਡੇ ਦਾ ਨਹੀਂ ਇਹ ਚੱਕਰ ਹੈਗਾ ਕਿ ਕਰੋਨਾ ਨੂੰ ਪਤਾ ਲੱਗ ਜਾਂਦਾ ਕਿ ਕਰੋਨਾ ਨੂੰ ਸਮਝ ਆ ਜਾਂਦੀ ਕਿ ਸੈਚਰਡੇ ਨਹੀਂ ਆਉਣਾ ਤਾਂ ਸੰਡੇ ਨਹੀਂ ਆਉਣਾ ਜਿੰਨੇ ਬੰਦੇ ਘੱਟ ਬਾਹਰ ਨਿਕਲਣਗੇ ਉਨਾ ਹੀ ਕਰੋਨਾ ਫੈਲਣ ਦੇ ਚਾਂਸਿਸ ਘੱਟ ਨੇ ਜਿੰਨੇ ਲੋਕ ਅਸੀਂ ਘਰਾਂ 'ਚ ਬੈਠਾਂਗੇ ਜੇ ਆਪਾਂ ਇੱਕ ਦਿਨ ਲੋਕਡਾਊਨ ਲਾਇਆ ਸੈਚਰਡੇ ਸਰਕਾਰ ਨੂੰ ਖੋਲ੍ਹਣਾ ਪਿਆ ਸੈਚਰਡੇ ਲੋਕਡਾਊਨ ਕਿਉਂਕਿ ਲੋਕਾਂ ਦਾ ਕੰਮ ਘੱਟ ਗਿਆ ਸੀਗਾ ਕੰਮ ਘੱਟ ਰਿਹਾ ਸੀ ਬਿਜ਼ਨਸ ਚਲਾਉਣਾ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਘਰ ਹੀ ਬੈਠੀਏ ਜੇ ਕੰਮ ਹੈ ਤਾਂ ਬਾਹਰ ਨਿਕਲੋ ਜਿੰਨੇ ਜ਼ਿਆਦਾ ਬਾਹਰ ਨਿਕਲਣਗੇ ਉਨੇ ਜ਼ਿਆਦਾ ਫੈਲਣ ਦੇ ਚਾਂਸਿਸ ਹੈ ਸਿੱਧਾ ਸਿੰਪਲ ਸਿੰਪਲ ਜਿਹੜਾ ਦਾ ਜਵਾਬ ਹੈਗਾ ਜੀ ਕਿ ਜਿੰਨਾ ਜ਼ਿਆਦਾ ਬੰਦੇ ਬਾਹਰ ਇਕੱਠੇ ਹੋਣਗੇ ਉਨਾ ਚਾਂਸਿਸ ਹੈ ਜੇ ਦੁਕਾਨਾਂ ਬੰਦ ਹੋਣਗੀਆਂ ਤਾਂ ਬੰਦੇ ਘੱਟ ਨਿਕਲਣਗੇ ਜੇ ਸੈਚਰਡੇ ਲੋਕਡਾਊਨ ਰਹੇਗਾ ਸੰਡੇ ਲੋਕਡਾਊਨ ਰਹੇਗਾ ਲੋਕੀ ਘੱਟ ਨਿਕਲਣਗੇ ਆਪੇ ਕਰੋਨਾ ਨਹੀਂ ਫੈਲੇਗਾ ਨਾਲੇ ਇੱਕ ਹੋਰ ਗੱਲ ਹੈ ਜੀ ਸੈਚਰਡੇ ਸੰਡੇ ਲੋਕੀ ਡੇ ਐਂਡ 'ਤੇ ਜ਼ਿਆਦਾ ਇੰਜੋਏ ਕਰਦੇ ਸੀਗੇ ਹੋਟਲਾਂ ਵਿੱਚ ਇਕੱਠੇ ਹੁੰਦੇ ਸੀ ਕੋਸ਼ਿਸ਼ ਕਰਦੇ ਚਲੋ ਕਿਤੇ ਆਪਾਂ ਮੋਲ ਵਿੱਚ ਜਾਂਦੇ ਹਾਂ ਇੰਜੋਏ ਕਰਦੇ ਹਾਂ ਉਹਦੇ ਨਾਲ ਫੈਲਦਾ ਜ਼ਿਆਦਾ ਸੈਚਰਡੇ ਸੰਡੇ ਬੰਦ ਕੀਤਾ ਪਰ ਉਹਨਾਂ ਹੋਟਲਾਂ ਵਾਲਿਆਂ ਦੀ ਇਨਕਮ ਘਟਣ ਕਰਕੇ ਹੁਣ ਸਰਕਾਰ ਨੂੰ ਅਲਾਓ ਕਰਨਾ ਪਿਆ ਕਿੱਥੇ ਪਹੁੰਚ ਗਏ ਆਪਾਂ ਮੁੰਡੀ ਮੋੜ ਤੋਂ ਮੁੜ ਗਏ ਜੀ ਹੁਣ ਬਿਆਸਾ ਦਰਿਆ ਆਏਗਾ ਦੋਸਤੋ ਆਪਾਂ ਹੁਣ ਹਰ ਐਪੀਸੋਡ 'ਚ ਇੱਕ ਟੌਪਿਕ ਲਿਆ ਕਰਾਂਗੇ ਤੁਸੀਂ ਤੁਹਾਨੂੰ ਅਗਲੇ ਐਪੀਸੋਡ ਦਾ ਟੌਪਿਕ ਤੁਹਾਨੂੰ ਦੱਸਿਆ ਕਰਾਂਗੇ ਤੁਸੀਂ ਉਸ ਟੌਪਿਕ ਦੇ ਉੱਤੇ ਸਵਾਲ ਭੇਜਿਆ ਕਰੋ ਅਸੀਂ ਉਸ ਟੌਪਿਕ 'ਤੇ ਗੱਲ ਕਰਾਂਗੇ ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਦਾਨ ਦੇ ਉੱਤੇ ਕਿ ਦੇਖੋ ਜੀ ਦਾਨ ਜਿਹੜਾ ਦੇਣਾ ਵਾ ਅੱਜ ਕੱਲ੍ਹ ਦਾਨ ਦੇਣਾ ਬੜਾ ਜ਼ਰੂਰੀ ਹੈ ਦਾਨ ਦੇਣਾ ਜਿਹੜਾ ਚੰਗੀ ਗੱਲ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਾਂ ਲੋਕ ਦਸਵੰਤ ਕੱਢਦੇ ਸੀਗੇ ਅਤੇ ਅੱਜ ਵੀ ਕੱਢ ਰਹੇ ਨੇ ਦਸਵੰਤ ਪਰ ਉਹ ਦਸਵੰਤ ਦਾ ਜਿਹੜਾ ਸਹੀ ਜਿਹੜਾ ਉਹਦਾ ਇੱਕ ਜਿਹੜਾ ਉਹਨੂੰ ਡਿਸਟ੍ਰੀਬਿਊਟ ਕਰਨਾ ਚਾਹੀਦਾ ਦਸਵੰਤ ਨੂੰ ਪਰ ਤੁਹਾਡਾ ਕੀ ਖਿਆਲ ਹੈ ਸ਼ਿਵਲੀ ਜੀ ਇਸ ਬਾਰੇ ਦੇਖੋ ਜੀ ਅੱਗੇ ਤਾਂ ਪ੍ਰੋਬਲਮ ਇਹ ਆਉਂਦੀ ਸੀ ਦੇਖੋ ਮੈਂ ਨਹੀਂ ਕਹਿੰਦਾ ਤੁਸੀਂ ਧਾਰਮਿਕ ਥਾਵਾਂ 'ਤੇ ਨਾ ਜਾਓ ਇਸ ਵੇਲੇ ਧਾਰਮਿਕ ਥਾਵਾਂ 'ਤੇ ਵੈਸੇ ਸਾਡੇ ਦਿਲ 'ਚ ਸਾਡੇ ਅੰਦਰ ਹੀ ਰੱਬ ਹੈ ਅਤੇ ਘੱਟ ਜਾਈਏ ਬਾਹਰ ਆਪਾਂ ਘੱਟ ਭੀੜ ਪਾਈਏ ਘੱਟ ਮੇਲੇ ਕਰੀਏ ਜ਼ਿਆਦਾ ਵਧੀਆ ਅਤੇ ਦੂਜਾ ਇਹ ਮੇਰਾ ਨਹੀਂ ਖਿਆਲ ਕੋਈ ਕੋਈ ਸੰਸਥਾ ਕੋਈ ਮੰਦਰ ਕੋਈ ਮਸਜਿਦ ਕੋਈ ਗੁਰਦੁਆਰਾ ਕੋਈ
अपना संस्था एक इतराज करे कि असीं जे डायरेक्ट असीं पहला गुरुद्वारा साहब जां मंदिर जाके आपां चढ़ावा दिंदे आ उस तों बाद ओह पहुंचदा जरूरतमंद बंदे कोल जां पहुंचदा जां नहीं पहुंचदा आपां इहदे बारे कोई बहुता डिस्कस नहीं करना ते आपां जरूरतमंद बंदे कोल जाइए सिद्धा इस वेले क्योंकि सरकार ओह चीज़ कर नहीं पा रही जो सरकार नूं करना चाहिए है जो कनेडा दे विच देखो जी इन्हें $2,000 सारे खुद खात्या पै रहे साढ़े 700 रुपया भी नहीं पै रहा तो राशन नहीं चलता जे तुसी तुहाडे कोल पैसे हैगे आ तुसी चाहुंदे हो राशन तो जाके गरीब बंदे लभो किते कोठी की कंस्ट्रक्शन चल रही है उत्थे लेबर लभो जां किते तुहानू पता लग सकदा कि इत्थे गरीब बस्ती हैगी उत्थे जाके राशन आप जाके दे के आओ बैटर है बाकी गुरुद्वारे मंदिर च भी जो तुसी तुहाडा सौदा पुजदा करो आपां नहीं इत्थे देखो दोस्तों इस टाइम जिहड़ा सब तो ज़्यादा जी जिन्हों लोगों को बीमारी आई है बीमार ने जिहड़े इस टाइम के उत्ते करोना के टाइम से सब तो पहले तो हस्पताल वाले ही नहीं उन्होंने अपना जिहड़ा इलाज करन लई तैयार होंदे पर जे इलाज करन लई तैयार हो जाए तो पैसे हैं नहीं लोगों को ते जे तुसी किसी बीमार बंदे नूं जिहड़ा हॉस्पिटल दे दाखल है जिहदे कोल पैसे नहीं है उहदी हैल्प करो तो इस तों वड्डा दान कोई नहीं गा क्योंकि बहुत ही बुरा इस टाइम टाइम है। इस तो अलावा असी भी पिछले जो थोड़ा जा एक उपराला करना शुरू किया जो कलाकार ने असी एक लोगों रिक्वेस्ट की जो कलाकार साडा सभ्याचार बचा रहे हैं सभ्याचार बचा रहे हैं कलाकार जे इन्हां दी हैल्प की जाए कलाकार की तो साडा सभ्याचार बचेगा तुहाडा दे बारे की ख्याल है साडा नारा जी कलाकार बचाओ तो सभ्याचार बचाओ क्योंकि कलाकार साडा सभ्याचार संभिया सीगा डीजे बंद हो गए विआह बंद हो गए सभ्याचारक प्रोग्राम बंद हो गए सिंगर नूं बुलाना बंद हो गया सिंगर दी एक गरीब गरीब तो गरीब बंदे दी जिहड़ा कहिंदा मजीशियन जिहड़े हैगे ने गरीब तो गरीब बंदे नाल माड़ा हाल है पर किसे अगे बेचारे हाथ नहीं आ सकते साडे निजर साहब जिहड़े अपना यूके तो उन्होंने सानू अप्रोच किया कि तुहाडा इत्थे स्टूडियो हैगा ते जे तुहाडे स्टूडियो च राशन भेजिए ते असीं कल उन्हां दे थ्रू उन्हां दा निजर साहब दा आपां धन्नवाद करदे हां ਗੱਲ ਆਪਾਂ 60 ਕਲਾਕਾਰਾਂ ਨੂੰ ਜਿਨ੍ਹਾਂ ਦੇ ਘਰ ਵਾਕਈ ਰੋਟੀ ਹੈ ਦੀਪਕ ਰਾਜਾ ਜੀ ਸਾਡੇ ਦੋਸਤ ਨੇ ਆਪਣਾ ਦੀਪਕ ਰਾਜਾ ਜੀ ਦੇ ਦੋਸਤ ਨਿੱਜਰ ਸਾਹਿਬ ਨੇ ਦੀਪਕ ਰਾਜਾ ਜੀ ਨੂੰ ਅਪਰੋਚ ਕੀਤਾ ਦੀਪਕ ਰਾਜਾ ਜੀ ਸਾਡੇ ਆਫਿਸ ਆਏ ਕਹਿੰਦੇ ਅਸੀਂ ਰਲ ਕੇ ਆ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਸਾਰਾ ਹੀ ਯੂਕੇ ਤੋਂ ਨਿੱਜਰ ਸਾਹਿਬ ਨੇ ਭੇਜਿਆ ਅਤੇ ਨਿੱਜਰ ਸਾਹਿਬ ਨੇ ਕਿਹਾ ਜਿੰਨਾ ਚਿਰ ਕਰੋਨਾ ਚੱਲ ਰਿਹਾ ਤੁਸੀਂ ਕਲਾਕਾਰਾਂ ਨੂੰ ਸਾਂਭੋ ਤਾਂ ਜੋ ਸਾਡਾ ਸੱਭਿਆਚਾਰ ਸਾਂਭਿਆ ਜਾਵੇ ਅਸੀਂ ਯੂਕੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਨਿੱਜਰ ਸਾਹਿਬ ਦਾ ਅਤੇ ਇੱਕ ਅਸੀਂ ਇੱਕ ਟਾਰਗੇਟ ਰੱਖਿਆ ਕਿ ਜਿਹੜੇ ਕਲਾਕਾਰਾਂ ਦਾ ਨੂੰ ਆਪਾਂ ਕੀ ਹੈਲਪ ਕਰਨ ਵਾਲੇ ਹੁੰਦੇ ਹਾਂ ਜੀ ਪਰਮਾਤਮਾ ਹੈਲਪ ਕਰਨ ਵਾਲਾ ਜੀ ਅਤੇ ਜਿਹੜਾ ਜਿਹਦੀ ਹੈਲਪ ਕੀਤੀ ਜਾਏਗੀ ਅਸੀਂ ਉਹਦੀ ਫੋਟੋ ਜਾਂ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਅਸੀਂ ਸੋਸ਼ਲ ਮੀਡੀਆ 'ਤੇ ਨਹੀਂ ਪਾਵਾਂਗੇ ਕਿਉਂਕਿ ਕਲਾਕਾਰ ਬੜੇ ਸੈਂਸਿਟਿਵ ਬੰਦੇ ਹੁੰਦੇ ਨੇ ਸਾਡਾ ਫਰਜ਼ ਹੈਗਾ ਕਿ ਉਹਨਾਂ ਦਾ ਧਿਆਨ ਰੱਖੀਏ ਪਰ ਉਹਨਾਂ ਨੂੰ ਸ਼ਰਮਿੰਦਾ ਕਰਕੇ ਉਹਨਾਂ ਨੂੰ ਰਾਸ਼ਨ ਦੇਣਾ ਇੱਕ ਬਹੁਤ ਹੀ ਗਲਤ ਗੱਲ ਹੈ ਦੋਸਤੋ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਸਾਨੂੰ ਜ਼ਰੂਰ ਮੈਸੇਜ ਕਰਿਓ ਇਹਦੇ ਬਾਰੇ ਅਤੇ ਗੱਲ ਕਰ ਰਹੇ ਸੀ ਆਪਾਂ ਦਾਨ ਬਾਰੇ ਦਾਨ ਜਿਹੜਾ ਉਹ ਅੱਜ ਕੱਲ੍ਹ ਕੀ ਮਹੱਤਵ ਹੈ ਦਾਨ ਦੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਹੁਣ ਦੇਖੋ ਇੱਕ ਤਾਂ ਆਪਾਂ ਸਾਰਿਆਂ ਨੂੰ ਇਹ ਗੱਲ ਕਹਾਂਗੇ ਵੀ ਦਾਨ ਦੀ ਬਹੁਤ ਮਹੱਤਤਾ ਹੈ ਇਸ ਵੇਲੇ ਅੱਗੇ ਤਾਂ ਹੁੰਦਾ ਗਰੀਬ ਬੰਦਾ ਦਾਨ ਲੈਣ ਨੂੰ ਸ਼ਰਮਾਉਂਦਾ ਨਹੀਂ ਹੈ ਪਰ ਹੁਣ ਅਮੀਰ ਕੀ ਦਰਮਿਆਨੇ ਬੰਦੇ ਵੀ ਦਾਨ ਲੈਣ ਯੋਗੇ ਹੋ ਗਏ ਨੇ ਪਰ ਆਪਾਂ ਇਸ ਵੇਲੇ ਅਗਰ ਇਸ ਨੂੰ ਸਵੀਕਾਰ ਕਰੀਏ ਦਾਨ ਨਾ ਸਮਝੀਏ ਆਪਾਂ ਵੈਸੇ ਤਾਂ ਸਰਕਾਰ ਨੂੰ ਟੈਕਸ ਦਿੰਦੇ ਹਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸੇ ਘਰ ਵੀ ਚੁੱਲ੍ਹਾ ਨਾ ਬਣੇ ਗੱਲ ਗਲਤ ਹੈਗੀ ਹੈ ਪਰ ਜੇ ਸਰਕਾਰ ਘਰ ਘਰ ਜਾ ਕੇ ਦੇਖ ਨਹੀਂ ਸਕਦੀ ਜੋ ਸਾਡਾ ਫਰਜ਼ ਬਣਦਾ ਅਸੀਂ ਇਹ ਕੰਮ ਕਰੀਏ ਪਰ ਜੇ ਅਸੀਂ ਗੱਲ ਕਲਾਕਾਰਾਂ ਨੂੰ ਜਿਹਦਾ ਆਪਾਂ ਰਾਸ਼ਨ ਦਿੱਤਾ ਹੈ ਸਾਰੇ ਕਲਾਕਾਰ ਜੇ ਕੋਈ ਵੀ ਕਲਾਕਾਰ ਦੇਖ ਰਿਹਾ ਹੋਵੇ ਉਸਨੂੰ ਦਾਨ ਨਾ ਸਮਝੋ ਤੁਸੀਂ ਸਮਝੋ ਕਿ ਤੁਹਾਡਾ ਇਨਾਮ ਹੈ ਤੁਸੀਂ ਸੱਭਿਆਚਾਰ ਨੂੰ ਸਾਂਭਿਆ ਹੋਇਆ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਹੋ ਅੱਜ ਵੀ ਤੁਹਾਡੇ ਟੀਵੀ ਉੱਤੇ ਕਿਸੇ ਯੂਟਿਊਬ 'ਤੇ ਫੇਸਬੁੱਕ 'ਤੇ ਤੁਹਾਡਾ ਵਜਾਇਆ ਤਬਲਾ ਤੁਹਾਡਾ ਵਜਾਇਆ ਢੋਲ ਸੁਣਦੇ ਨੇ ਅਤੇ ਜੇ ਤੁਹਾਨੂੰ ਕੋਈ ਉਹ ਰਾਸ਼ਨ ਦਿੰਦੇ ਆ ਤਾਂ ਤੁਸੀਂ ਰਾਸ਼ਨ ਲਵੋ ਇਨਾਮ ਸਮਝ ਕੇ ਲਵੋ ਦਾਨ ਸਮਝ ਕੇ ਨਾ ਲਵੋ ਜਦੋਂ ਪਰਮਾਤਮਾ ਟਾਈਮ ਠੀਕ ਲਾਏਗਾ ਜਿੰਨਾ ਕੁ ਤੁਸੀਂ ਰਾਸ਼ਨ ਲਿਆ ਇੰਨਾ ਕੁ ਰਾਸ਼ਨ ਤੁਸੀਂ ਦਾਨ ਕਰ ਦਿਓ ਗਰੀਬਾਂ ਦੋਸਤੋ ਇਹ ਜਿਹੜੇ ਕਲਾਕਾਰ ਸਿਰਫ ਐਕਟਰ ਹੀ ਨਹੀਂ ਨੇ ਭੰਡ ਨੇ ਢੋਲੀ ਨੇ ਮਿਊਜ਼ੀਸ਼ੀਅਨ ਨੇ
ਐਂਕਰ ਨੇ ਜਿਹੜੇ ਸਟੇਜ ਸੰਭਾਲਦੇ ਸੀਗੇ, ਭੰਗੜੇ ਵਾਲੇ ਨੇ, ਗਿੱਧੇ ਵਾਲੇ ਨੇ, ਰਾਈਟਰ ਨੇ, ਇਹ ਸਾਰੇ ਕਲਾਕਾਰ ਜਿਨ੍ਹਾਂ ਨੇ ਸੱਭਿਆਚਾਰ ਸੰਭਾਲਿਆ ਹੈ, ਤੇ ਇਹਨਾਂ ਦੀ ਰੋਟੀ ਸਿਰਫ ਸਟੇਜਾਂ ਤੋਂ ਚਲਦੀ ਸੀ, ਸਟੇਜ ਉੱਤੇ ਜਾ ਕੇ ਪਰਫੋਰਮੈਂਸ ਕਰਨ 'ਤੇ, ਅਤੇ ਸਟੇਜਾਂ ਬਿਲਕੁਲ ਖਤਮ ਹੋ ਗਈਆਂ, ਪਰਫੋਰਮੈਂਸ ਖਤਮ ਹੋ ਗਈ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਲੋਕ ਸਾਨੂੰ ਜਿਹੜਾ ਜਿੱਦਾਂ ਨਿੱਜਰ ਸਾਹਿਬ ਨੇ ਹੈਲਪ ਕੀਤੀ ਹੈ, ਅਤੇ ਹੋਰ ਬੰਦੇ ਬਹੁਤ ਅੱਗੇ ਆ ਰਹੇ ਨੇ, ਜੇ ਹੋਰ ਵੀ ਕੋਈ ਦੇਸ਼ਾਂ 'ਚ ਬੈਠੇ ਦਾਨ ਕਰਨਾ ਚਾਹੇ, ਅਤੇ ਸਾਡਾ ਇਸ ਪ੍ਰੋਗਰਾਮ ਦਾ ਬਹੁਤ ਟੈਲੀਫੋਨ ਨੰਬਰ ਲੱਗਾ ਹੋਏਗਾ, ਤੁਸੀਂ ਸਾਡੇ ਫੋਨ 'ਤੇ ਕੰਟੈਕਟ ਕਰ ਸਕਦੇ ਹੋ, ਦੀਪਕ ਰਾਜਾ ਜੀ ਦਾ ਨੰਬਰ ਵੀ ਅਤੇ ਸੰਤਾ ਬੰਤਾ ਚੁਗਲੀ ਚੁਗਲੀ ਦਾ ਨੰਬਰ ਵੀ ਹੋਏਗਾ। ਇਹ ਦੇਖੋ ਜੀ, ਬਿਆਸਾ ਦਰਿਆ ਪੂਰਾ ਭਰਿਆ ਪਿਆ ਪਾਣੀ ਹੈ, ਕਈ ਵਾਰੀ ਖਾਲੀ ਹੁੰਦਾ, ਅਤੇ ਪਿੱਛੇ ਬਰਸਾਤਾਂ ਬਹੁਤ ਹੋਈਆਂ ਨੇ, ਜਿਸ ਕਰਕੇ ਬਿਆਸਾ ਦਰਿਆ ਵੈਸੇ ਦਰਿਆ ਦੇ ਕੰਢੇ ਤੁਹਾਨੂੰ ਗੁਰਦੁਆਰਾ ਸਾਹਿਬ ਸ਼ਾਇਦ ਦਰਸ਼ਨ ਦੂਰੋਂ ਹੋਣ ਗੁਰਦੁਆਰਾ ਸਾਹਿਬ ਨਜ਼ਰ ਆਏ, ਖੱਬੇ ਹੱਥ ਧਿਆਨ ਨਾਲ ਦੇਖੋ। ਹਾਂ ਦੋਸਤੋ, ਜੇ ਕਿਤੇ ਤੁਸੀਂ ਸੈਰ ਕਰਨਾ ਚਾਹੁੰਦੇ ਹੋ, ਕਿਸੇ ਗੁਰਦੁਆਰੇ ਦਰਸ਼ਨ ਕਰਨਾ ਚਾਹੁੰਦੇ ਹੋ, ਸਾਨੂੰ ਸੁਝਾਅ ਭੇਜਿਓ, ਅਤੇ ਆਪਣੇ ਸਵਾਲ ਜ਼ਰੂਰ ਭੇਜਿਆ ਕਰੋ। ਤੁਹਾਨੂੰ ਕੋਈ ਦੁੱਖ ਹੋਵੇ, ਕੋਈ ਤਕਲੀਫ ਹੋਵੇ, ਕੋਈ ਲੜਾਈ ਝਗੜਾ ਕਿਸੇ ਨਾਲ ਹੋਵੇ, ਤਾਂ ਸਾਡੇ ਕੋਲ ਸਲਾਹ ਲੈ ਲਿਆ ਕਰੋ, ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਠੀਕ ਤਰ੍ਹਾਂ ਨਾਲ ਸਲਾਹ ਦਈਏ। ਅਤੇ ਮੇਰੇ ਹੁਣ ਸੱਜੇ ਹੱਥ ਦੇਖੋ, ਬੀਬੀ ਭਾਣੀ ਜੀ ਦੇ ਗੁਰਦੁਆਰੇ ਸਾਹਿਬ ਦੇ ਬਾਹਰੋਂ ਲੰਘ ਰਹੇ ਹਾਂ, ਜਿੱਥੇ ਫੁੱਲ ਤਾਰਦੇ ਨੇ ਜੀ, ਗੋਇੰਦਵਾਲ ਸਾਹਿਬ ਦਰਿਆ ਦੇ ਕੰਢੇ 'ਤੇ ਆ ਜੀ। ਆਪਾਂ ਉੱਥੋਂ ਲੰਘ ਗਿਆ, ਥੋੜ੍ਹੀ ਗੱਡੀ ਸਲੋਅ ਕਰਨੀ ਪਈ ਤੁਹਾਨੂੰ ਇਹ ਦਰਸ਼ਨ ਕਰਾਉਣ ਵਾਸਤੇ, ਅਤੇ ਬੀਬੀ ਭਾਣੀ ਜੀ ਦਾ ਗੁਰਦੁਆਰਾ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਸ਼ੁਰੂ ਹੋ ਚੁੱਕਾ, ਇੱਕ ਬਹੁਤ ਵੱਡਾ ਪ੍ਰੋਜੈਕਟ ਗੌਰਮੈਂਟ ਨੇ ਤਿਆਰ ਕੀਤਾ, ਜਿੱਥੋਂ ਬਿਜਲੀ ਪੈਦਾ ਹੁੰਦੀ ਹੈ ਜੀ, ਥਰਮਲ ਪਲਾਂਟ, ਥਰਮਲ ਪਲਾਂਟ ਦੇ ਤੁਹਾਨੂੰ ਦੇਸ਼ ਦਿਖਾ ਰਹੇ ਹਾਂ। ਬਿਲਕੁਲ ਗੋਇੰਦਵਾਲ ਸਾਹਿਬ ਪਹੁੰਚ ਗਏ ਜੀ, ਗੇਟ ਦੇ ਅੰਦਰ ਐਂਟਰ ਕਰ ਗਏ ਹਾਂ। ਦੇਖੋ ਕਿੰਨੀਆਂ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ, ਰਸ਼ ਬਹੁਤ ਜ਼ਿਆਦਾ, ਕਿਉਂਕਿ ਜਿਹੜਾ ਮੇਨ ਰੋਡ ਹੈ ਜੀ ਟੀ ਰੋਡ ਦੇ ਉੱਤੇ ਕਿਸਾਨਾਂ ਨੇ ਆਪਣਾ ਧਰਨਾ ਦਿੱਤਾ ਹੋਇਆ, ਉਹਦੇ ਕਰਕੇ ਇੱਧਰ ਪਬਲਿਕ ਬਹੁਤ ਜ਼ਿਆਦਾ। ਦੇਖੋ ਆ, ਦੇਖੋ ਕਿੰਨਾ ਰਸ਼ ਆ, ਲੋਕਡਾਊਨ ਦੇ ਦਿਨਾਂ ਦੇ ਵਿੱਚ ਵੀ ਦੇਖੋ ਗੱਡੀਆਂ ਜਾਮ ਲੱਗਣ ਦੇ ਚਾਂਸ ਹੈ। ਆਪਾਂ ਦੇਖ ਲਓ ਜੀ, ਬਿਲਕੁਲ ਹੁਣ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆਉਣੇ ਸ਼ੁਰੂ ਹੋ ਜਾਏਗਾ, 2 ਮਿੰਟ ਦਾ ਟਾਈਮ ਲੱਗਣਾ ਜੀ। ਬਿਲਕੁਲ ਦੇਖੋ, ਥੋੜ੍ਹਾ ਅੱਗੇ ਆਟੋ ਆ ਗਿਆ, ਬਿਲਕੁਲ ਆ ਗਏ ਜੀ ਆਪਾਂ, ਅਤੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ। ਹੁਣ ਗੱਡੀ ਲਾ ਕੇ ਤੁਹਾਨੂੰ ਗੁਰਦੁਆਰੇ ਦਰਸ਼ਨ ਕਰਾਵਾਂਗੇ। ਇਹ ਜੀ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਜੀ, ਆਪਾਂ ਅੰਦਰ ਐਂਟਰ ਕਰ ਰਹੇ ਹਾਂ। ਇਹ ਖੱਬੇ ਹੱਥ ਹਾਰਾਂ ਦੀ ਦੁਕਾਨ ਹੈ ਜੀ, ਉਹ ਜੀ ਕਿੰਨਾ ਵਧੀਆ ਗੁਰਦੁਆਰਾ ਸਾਹਿਬ, ਖੱਬੇ ਹੱਥ ਬੋਲੀ ਸਾਹਿਬ ਹੈ, ਜਿੱਥੇ 84 ਪੌੜੀਆਂ ਦਾ ਪਾਠ ਕੀਤਾ ਜਾਂਦਾ। ਇਹ ਲੰਗਰ ਹਾਲ ਹੈ ਜੀ, ਇਹ ਦੇਖੋ ਲੰਗਰ ਹਾਲ, ਬੜੀ ਸ਼ਰਧਾ ਨਾਲ ਇੱਥੇ ਲੰਗਰ ਛਕਾਇਆ ਜਾਂਦਾ। ਇਹ ਦੇਖੋ ਬੀਬੀਆਂ ਸੇਵਾ ਕਰ ਰਹੀਆਂ ਨੇ ਜੀ ਅੰਦਰ, ਬਰਤਨ ਦੀ, ਬੜੇ ਭਾਗਾਂ ਵਾਲਿਆਂ ਨੂੰ ਇਹ ਸੇਵਾ ਦਾ ਮੌਕਾ ਮਿਲਦਾ, ਬੀਬੀਆਂ ਦੀ ਲਾਈਨ ਲੱਗੀ, ਇੰਨੇ ਬਰਤਨ ਨਹੀਂ ਹੈ ਜਿੰਨੇ ਸੇਵਾਦਾਰਨੀਆਂ ਨੇ। ਦੇਖੋ ਕਿਸੇ ਭਾਗਾਂ ਵਾਲਿਆਂ ਨੂੰ ਇਹ ਮੌਕਾ ਮਿਲਦਾ ਕਿ ਅਸੀਂ ਲੰਗਰ ਵਾਲੇ ਜਿਹੜੇ ਜੂਠੇ ਬਰਤਨ ਦੇ ਸੇਵਾ ਕਰਨ ਦਾ, ਬਹੁਤ ਵਧੀਆ ਜੀ ਦ੍ਰਿਸ਼ ਹੈਗਾ। ਜਿਹੜੇ ਬਾਹਰ ਲੋਕ NRI ਬੈਠੇ ਆ, ਉਹਨਾਂ ਨੂੰ ਇਹ ਦ੍ਰਿਸ਼ ਦੇਖਣ ਨੂੰ ਮਿਲਦਾ ਨਹੀਂ ਜੀ, ਇੰਨੀ ਸੇਵਾ। ਇਹ ਦੇਖੋ ਹੁਣ ਆਪਾਂ ਸਾਹਮਣੇ, ਇਹ ਆਪਣਾ ਛਬੀਲ ਹੈ ਜੀ, ਠੰਡੇ ਪਾਣੀ ਦੀ ਬਿਲਕੁਲ ਫਿਲਟਰ ਲੱਗਾ ਹੋਇਆ, ਇਹ ਨਹੀਂ ਕਿ ਪਾਣੀ ਟੁੱਟੀ ਦਾ ਹੈਗਾ, ਇਹ ਬਿਲਕੁਲ ਹੈ ਜੀ। ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰੋ।